ਤੀਜੇ ਨੰਬਰ ਤੇ ਅੜੀ ਆ ਜਾਂਦੇ ਕਿਸਾਨ ਭਰਾ ਨੂੰ ਵੀ ਆਪਾਂ ਆਹ ਜ਼ਮੀਨ ਇਹ ਤੋਂ ਛਡਾਈਏ ਤੇ ਆਪਾਂ ਲੈਣੀ ਲੈਣੀ ਆ। ਹਾਂਜੀ ਅਸੀਂ ਕੱਲ ਕਿਸਾਨ ਭਰਾਵੋ ਜਿਵੇਂ ਨਾ ਅੱਜ ਦੇ ਸਮੇਂ ਦੇ ਵਿੱਚ ਵੀ ਜ਼ਮੀਨਾਂ ਦੇ ਠੇਕੇ ਬਹੁਤ ਵਧੀ ਜਾਂਦੇ ਆ। ਹਰੇਕ ਕਿਸਾਨ ਭਰਾ ਇਹ ਸੋਚੀ ਜਾਂਦਾ ਵੀ ਠੇਕੇ ਵੱਧਦੇ ਆ ਤਾਂ ਵੱਧਦੇ ਕਿਉਂ ਆ, ਕੀ ਕਾਰਨ ਰਹਿੰਦਾ ਇਹਦੇ ਪਿੱਛੇ। ਆਪਾਂ ਉਸ ਤੇ ਵੀਡੀਓ ਲੈ ਕੇ ਆਏ ਆ ਕਿਉਂ ਠੇਕੇ ਵੱਧਦੇ ਆ, ਕੀ ਕਾਰਨ ਹੈ ਤੇ ਸਾਰੀ ਗੱਲਬਾਤ ਕਰਾਂਗੇ ਵੀਡੀਓ ਦੇ ਵਿੱਚ। ਕਿਸਾਨ ਭਰਾਵੋ ਮੇਨ ਗੱਲ ਨੰਬਰ 1 ਤੇ ਕਾਰਨ ਇੱਕੋ ਹੈ ਕਿਸਾਨ ਭਰਾਵੋ, ਜਿਹੜਾ ਜ਼ਮੀਨ ਬਈ ਠੇਕੇ ਤੇ ਦਿੰਦਾ ਉਹਦੇ ਕਾਰਨ ਠੇਕਾ ਨਹੀਂ ਹਮੇਸ਼ਾ ਹੀ ਵੱਧਦਾ ਹੁੰਦਾ, ਜਿਹੜਾ ਲੈਂਦਾ ਵੀ ਕਿਸਾਨ ਭਰਾ ਉਹਦੇ ਕਰਕੇ ਠੇਕਾ ਵੱਧਦਾ। ਆਪਾਂ ਉਦਾਹਰਨ ਤੁਹਾਨੂੰ ਦੇ ਦਿੰਨੇ ਆ ਕਿ ਜ਼ਮੀਨ ਪੈਂਦੀ ਹੈ ਤਕਰੀਬਨ ਕਿਸਾਨ ਭਰਾ ਦੇ 12-15 ਕਿੱਲੇ ਜ਼ਮੀਨ ਆ, ਉਸ ਜ਼ਮੀਨ ਦਾ ਜੋ ਠੇਕਾ ਸੀ ਮੇਰੇ ਵੇਖਣ ਦੇ ਵਿੱਚ 6 ਸਾਲਾਂ ਦੇ ਵਿੱਚ ਠੇਕੇ ਦੀ ਜਾਣਕਾਰੀ ਦੇ ਦਿੰਨੇ ਆ 40,000 ਰੁਪਏ ਨੂੰ ਠੇਕੇ ਤੇ ਲੱਗਦੀ ਸੀ, 2 ਮੋਟਰਾਂ ਬਾਂਹ ਦੇ ਵਿੱਚ 12 ਕਿੱਲੇ ਬਾਂਹ ਹੈ। ਉਸ ਜ਼ਮੀਨ ਦੇ ਵਿੱਚ ਹੁੰਦਾ ਕੀ ਹੈ ਜੀ, ਖੇਤ ਦਾ ਗਵਾਂਢੀ ਹੀ ਇੱਕ ਨਵਾਂ ਠੇਕੇਦਾਰ ਲਿਆਉਂਦਾ ਉਹਦੇ ਵਿੱਚ ਤੇ ਲਿਆ ਕੇ ਬਈ ਜ਼ਮੀਨ ਠੇਕੇ ਤੇ ਚੜਾ ਦਿੰਦਾ 40 ਤੋਂ, ਤੇ ਸਿੱਧਾ ਬਈ ਅੱਪ ਕਰ ਦਿੰਦਾ 12,000 ਰੁਪਏ ਜ਼ਮੀਨ ਲੱਗ ਜਾਂਦੀ 52,000 ਨੂੰ ਕਿਸਾਨ ਭਰਾ ਦੀ। 52,000 ਨੂੰ ਵੀ ਦੇਣ ਵਾਲੇ ਦਾ ਕਸੂਰ ਨਹੀਂ, ਉਹਦੇ ਵਿੱਚ ਲੈਣ ਵਾਲੇ ਦਾ ਜਿਹੜੇ ਨੇ ਵੱਧ ਕੇ ਲਈ ਹੈ ਇੱਥੋਂ ਵੀ, ਪਹਿਲਾਂ 40 ਨੂੰ ਸੀ ਤੂੰ 45 ਨੂੰ ਲੈ ਲਾ 42 ਨੂੰ ਲੈ ਲਾ, 12,000 ਰੁਪਏ ਅੱਪ ਕਰਤੀ ਉਹਨੇ। ਉਹਦੇ ਕੋਲ ਜੀ 1 ਸਾਲ ਜ਼ਮੀਨ ਰਹੀ, ਉਸ ਤੋਂ ਬਾਅਦ ਜੀ ਹੋਰ ਉਸ ਦੇ ਵਿੱਚ ਠੇਕੇਦਾਰ ਆ ਜਾਂਦਾ, ਉਹ 52,000 ਤੋਂ 55,000 ਰੁਪਇਆ ਕਰ ਦਿੰਦਾ, 2 ਸਾਲ ਵਧੀਆ ਜ਼ਮੀਨ ਵਾਹ ਹੁੰਦਾ 55,000 ਦੇ ਰੇਟ ਤਾਈਂ। ਉਸ ਤੋਂ ਬਾਅਦ ਹੁੰਦੇ ਹਵਾਉਂਦੇ ਜੀ 55 ਤੋਂ, ਹੁਣ ਉਸ ਦੇ ਵਿੱਚ ਠੇਕੇਦਾਰ ਨਵਾਂ ਆ ਗਿਆ ਇੱਕ, ਉਹ ਠੇਕੇਦਾਰਾਂ ਨੇ ਬਈ ਜੀ 55 ਤੋਂ ਸਿੱਧਾ ਹੀ ਅੱਪ ਕਰਤਾ ਬਾਈ ਜੀ 65,000 ਰੁਪਇਆ ਕਿੱਲਾ। ਵੇਖੋ 10,000 ਰੁਪਇਆ ਇੱਕ ਕਿੱਲੇ ਮਗਰ ਵਧੀ ਜਾਂਦਾ, ਤੇ ਉਹ ਵੀ ਕੋਈ 4 ਨਹੀਂ 5 ਨਹੀਂ। ਭਰਾ ਨਾਲ ਗੱਲ ਕਰੀ ਬਈ ਜੀ ਵੀ ਨਾ ਠੇਕਾ ਕਿਉਂ ਵਧਾਇਆ ਤੁਸੀਂ, ਇਹਦੇ ਪਿੱਛੇ ਕੀ ਕਾਰਨ ਹੈ ਯਾਰ, ਵੀ ਤੁਹਾਨੂੰ ਇਹਦੇ ਵਿੱਚੋਂ ਇੰਨੀ ਕਿੰਨੀ ਆਮਦਨ ਹੋ ਜੂਗੀ। ਉਹ ਕਿਸਾਨ ਭਰਾ ਦਾ ਕਹਿਣਾ ਸੀ ਉਹ ਆਦਾ ਕੁਛ ਨਹੀਂ ਹੁੰਦਾ, 100 ਰੁਪਇਆ ਤਾਂ ਕੁਆਟਰ ਮਗਰ ਕਣਕ ਹੀ ਵੱਧ ਜਾਂਦੀ ਹੈ ਇਸ ਸਾਲ, ਤੇ 100 ਰੁਪਈਏ ਮੰਗ ਝੋਨਾ ਵੱਧ ਜਾਂਦਾ, 30 ਕੁਆਟਰ ਮਗਰ 3-3 ਹਜ਼ਾਰ ਰੁਪਏ 6,000 ਰੁਪਇਆ ਤਾਂ ਉੱਧਰੋਂ ਹੀ ਨਿਕਲ ਆਊਗਾ। ਮੈਂ ਸ਼ਾਬਾ ਛੇ ਤੇਰੇ ਮਖਾਂ, ਜਿਹੜਾ ਗੌਰਮੈਂਟ ਮਖਾਂ ਰੇਟ ਦੇਊ ਆਪਾਂ ਨੂੰ ਉਹਨੂੰ ਦੇ ਦਈਏ ਠੇਕੇ 'ਚ ਕਮਾਈ ਕਰਕੇ, ਆਪਣੇ ਨਾ ਪੱਲੇ ਪਵੇ ਜਿਹੜਾ 100 ਰੁਪਈਆ ਵਧੂਗਾ। ਆਹ ਗੱਲਾਂ ਸੋਚ ਕੇ ਮੈਨੂੰ ਬਹੁਤ ਹੈਰਾਨੀ ਆਈ ਯਾਰ, ਵੀ ਕਿਸਾਨ ਦੀ ਸੋਚ ਵੇਖੋ ਅਜੇ ਕਿੱਥੇ ਫਿਰਦੀ ਆ। ਕਹਿੰਦਾ ਵੀ ਠੇਕੇ ਆਪਾਂ ਵਧਾ ਦਿੰਦੇ ਹਾਂ, ਬਚੇ ਨਾ ਬਚੇ ਪਲਟਾ ਛਲਟੀ ਹੋਈ ਜਾਊ ਇਹਦੇ ਨਾਲ, ਤੇ ਬਈ ਜੀ ਪਲਟੇ ਛਲਟੇ ਦੇ ਨਾਲ ਕਿੰਨਾ ਕੁ ਫਰਕ ਪੈ ਜੂਗਾ ਤੁਹਾਨੂੰ ਕੀ ਲੱਗਦਾ? ਵੀ ਆਪਾਂ ਕਮਾ ਕੇ ਦੇਣ ਨੂੰ ਆਏ ਹੋਏ ਹਾਂ ਇੱਥੇ ਆਪਦੇ ਹੱਡ ਤੋੜਨ ਵਾਸਤੇ, ਵੀ ਕਮਾਈ ਕਰਕੇ ਦੇਈ ਜੇ ਗਏ ਆਪਾਂ ਨੂੰ ਨਾ ਕੁਛ ਬਚਿਆ। ਅੱਜ ਦੇ ਸਮੇਂ ਦੇ ਵਿੱਚ ਹਰੇਕ ਪਾਸੇ ਜ਼ਮੀਨਾਂ 70,000 ਰੁਪਏ ਨੂੰ ਲੱਗੀਆਂ ਹੋਈਆਂ ਸਾਡੇ ਏਰੀਏ ਦੇ ਵਿੱਚ, 60 ਤੋਂ 70 ਦੇ ਵਿੱਚ ਝੋਨੇ ਵਾਲੀ ਜ਼ਮੀਨ, ਕਈ ਥਾਂ ਤਾਂ ਬਈ 95 ਨੂੰ ਵੀ ਬੋਲੀਆਂ ਆਈਆਂ ਜ਼ਮੀਨਾਂ ਦੀਆਂ ਜਿਹੜੀਆਂ ਵੀਡੀਓ ਆਈਆਂ ਨਵੀਆਂ, ਤੇ ਕਈ ਥਾਂ 85 ਵੀ ਹੈ। ਤੇ ਮੈਂ ਮੰਨਦਾ ਜੀ ਮਜ਼ਾ ਹੀ ਕਿਸਾਨ ਉਹਦੇ ਵਿੱਚੋਂ 60,000 ਦੇ ਵਿੱਚੋਂ ਜੇ ਛੋਟੇ ਮੋਟੇ ਖਰਚੇ ਲਾ ਕੇ ਜੋੜੇ ਤਾਂ ਕੁਛ ਵੀ ਨਹੀਂ ਬਚਦਾ, ਨਹੀਂ ਚੰਗੀ ਫਸਲ ਲੱਗ ਜੇ ਤਾਂ ਜ਼ਮੀਨ ਦੇ ਵਿੱਚੋਂ ਸਿਰਫ 10,000 ਰੁਪਈਏ ਕਮਾਈ ਆਉਂਦੀ ਆ, ਤੇ ਜੇ ਉਹਦੇ ਵਿੱਚੋਂ 1 ਕਿੱਲਾ ਵੀ ਮਾੜਾ ਰਹਿ ਗਿਆ ਨਾ ਜੀ ਤਾਂ ਉਹ 10,000 ਰੁਪਇਆ ਵੀ ਨਹੀਂ ਬਣਦਾ, ਚਾਰੇ ਚੁੰਡਾਂ ਇੱਕੋ ਹੀ ਲੱਗੀਆਂ ਤਾਂ 10,000 ਰੁਪਇਆ ਬਣਨਾ, ਮੇਰੀ ਸੋਚ ਮੁਤਾਬਕ ਇਹ ਆ। ਨੰਬਰ 2 ਤੇ ਕਿਸਾਨ ਭਰਾਵੋ ਠੇਕੇ ਉਦੋਂ ਵੱਧਦੇ ਆ ਜਦੋਂ ਜ਼ਮੀਨ ਵਾਹੁਣ ਵਾਲੇ ਦੇ ਉੱਤੋਂ ਦੀ ਹੋ ਕੇ ਤੀਜਾ ਕਿਸਾਨ ਭਰਾ ਚੋਰੀ ਹੋ ਜਾਂਦਾ, ਵੀ ਮਾਲਕ ਕੋਲੇ ਵੀ ਸਾਨੂੰ ਜ਼ਮੀਨ ਦੇ ਦੇ, ਜੇ ਉਹਦੇ ਕੋਲੇ 50 ਨੂੰ ਤਾਂ ਸੀਗੀ ਤਾਂ ਆ ਲੈ ਬਈ 55 ਚੱਕ, ਉਦੋਂ ਠੇਕਾ ਵੱਧਦਾ, ਤੇ ਮਾਲਕ ਨੂੰ ਬਈ ਅਗਲੇ ਦੀ ਚੀਜ਼ ਹੈ ਅਗਲੇ ਨੂੰ ਜੇ ਵੱਧ ਟੱਕਰ ਦੇ ਤਾਂ ਬਈ ਜੀ ਉਹਨੇ ਦੇਣੀ ਹੈ। ਜੇ ਕਿਸਾਨ ਭਰਾ ਉਹੀ ਕਿਸਾਨ ਨੂੰ ਪੁੱਛ ਕੇ ਚੱਲ ਜੇ ਬਈ ਵੀ ਤੂੰ ਦੱਸ ਐਤਕੀ ਜ਼ਮੀਨ ਵਾਹੇਗਾ ਕਿ ਕਿਵੇਂ ਕਰੇਗਾ, ਫਿਰ ਤਾਂ ਅਸੀਂ ਲਈਏ ਜਾਂ ਨਾ ਲਈਏ, ਤਾਂ ਠੇਕੇ ਵੱਧ ਹੀ ਨਹੀਂ ਗੇ ਬਿਲਕੁਲ ਵੀ ਜੀ। ਮੇਰੇ ਹਿਸਾਬ ਨਾਲ ਲੱਗਦਾ ਵੀ 2 ਮੇਨ ਕਾਰਨ ਇਹੋ ਰਹਿ ਜਾਂਦੇ ਜ਼ਮੀਨ ਦੇ ਠੇਕੇ ਵਧਣ ਦੇ। ਤੀਜੇ ਨੰਬਰ 'ਤੇ ਅੜੀ ਆ ਜਾਂਦੇ ਕਿਸਾਨ ਭਰਾ ਨੂੰ ਵੀ ਆਪਾਂ ਆਹ ਜ਼ਮੀਨ ਇਹ ਤੋਂ ਛਡਾਈਏ ਅਤੇ ਆਪਾਂ ਲੈਣੀ ਲੈਣੀ ਆ। ਇਹ 3 ਕਾਰਨਾਂ ਕਰਕੇ ਮੇਰੇ ਹਿਸਾਬ ਦੇ ਵਿੱਚ ਜ਼ਮੀਨਾਂ ਦੇ ਜਿਹੜੇ ਠੇਕੇ ਵਧੀ ਜਾਂਦੇ ਆ ਅਤੇ ਕਿਸਾਨ ਭਰਾ ਕਰਜ਼ੇ ਦੇ ਥੱਲੇ ਆਈ ਜਾਂਦੇ। ਤੁਸੀਂ ਵੀ ਆਪਦੇ ਵਿਚਾਰ ਜ਼ਰੂਰ ਦਿਓ, ਤੁਹਾਨੂੰ ਕੀ ਲੱਗਦਾ ਵੀ ਇਹਦੇ ਪਿੱਛੇ ਕੀ ਕਾਰਨ ਹੋਊਗਾ, ਕਿਉਂ ਵਧੀ ਜਾਂਦੇ ਆ। ਠੀਕ ਹੈ ਕਿਸਾਨ ਭਰਾਵੋ, ਮਿਲਦੇ ਹਾਂ ਆਪਾਂ ਹੋਰ ਅਗਲੀ ਨਵੀਂ ਜਾਣਕਾਰੀ ਨਾਲ ਭਰੀ ਹੋਈ ਵੀਡੀਓ ਦੇ ਵਿੱਚ, ਅਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।